ਹਿੰਮਤ ਸਿੰਘ ਪਿੰਡ ਦੁਨੀਆ ਕਿਵੇਂ ਰਹਿਣਾ ਹਾਂ। ਮੈਂ ਇਲਾਜ ਕਰਾਉਣ ਲਈ ਡਾਕਟਰ ਅਮਿਤ ਸੂਦ ਨੇ ਮੇਰਾ ਬਹੁਤ ਵਧੀਆ ਇਲਾਜ ਕੀਤਾ ਅਤੇ ਸਾਰੇ ਸਟਾਫ ਨੇ ਬੜਾ ਕੋਪਰੇਟ ਕੀਤਾ। ਹੁਣ ਮੈਂ ਤੰਦਰੁਸਤ ਹਾਂ ਅਤੇ ਰਾਜੀ ਖੁਸ਼ ਹਾਂ, ਮੈਨੂੰ ਕੋਈ ਤਕਲੀਫ ਨਹੀਂ ਹੈ ਅਤੇ ਡਾਕਟਰ ਅਮਿਤ ਸੂਦ ਦਾ ਆਪਰੇਸ਼ਨ ਬਹੁਤ ਕਾਮਯਾਬ ਰਿਹਾ। ਸਤਿ ਸ਼੍ਰੀ ਅਕਾਲ ਜੀ, ਮੈਂ ਹਿੰਮਤ ਸਿੰਘ ਦੇ ਘਰ ਵਾਲੀ ਬੋਲਦੀ ਹਾਂ ਅਤੇ ਬਈ ਇਹਨਾਂ ਨੂੰ ਬਹੁਤ ਖਿਆਈ ਸੀ, ਇਹਨਾਂ ਦੇ ਹਰਨੀਆਂ ਹੋ ਗਈਆਂ ਸੀ ਅਤੇ ਫੇਫੜਿਆਂ ਚਲੀਆਂ ਗਈਆਂ ਸੀ, ਤਿਲੀ ਵੀ ਨੱਪੀ ਗਈ, ਹੱਟ ਨੂੰ ਵੀ ਪੈ ਗਈਆਂ ਸੀ ਅਤੇ ਬਿਲਕੁਲ ਜੋ ਡਾਕਟਰ ਨੇ ਸਾਨੂੰ ਕਿਹਾ ਅਤੇ ਉਹ ਡਾਕਟਰ ਸਾਹਿਬ ਅਮਨ ਸੂਦ ਪੂਰੇ ਉੱਤਰੇ ਅਤੇ ਸਾਡਾ ਬਹੁਤ ਬਹੁਤ ਇਹਨਾਂ ਦਾ ਧੰਨਵਾਦ। ਅਤੇ ਪਰ 75 ਸਾਲ ਦੀ ਵਿੱਚ ਉਮਰ ਤੋਂ ਅਸੀਂ ਬਹੁਤ ਡਰਦੇ ਸੀ ਵੀ ਕੀ ਬਣੂਗਾ ਸਾਡੇ ਨਾਲ, ਅਤੇ ਪਰ ਨਹੀਂ, ਡਾਕਟਰ ਸਾਹਿਬ ਨੇ ਸਾਨੂੰ ਕਿਹਾ ਵੀ ਕੋਈ ਤੁਸੀਂ ਡਰੋ ਨਾ ਅਤੇ ਬਿਲਕੁਲ ਬਾਪੂ ਜੀ ਸਹੀ ਹੋਣਗੇ, ਅਤੇ ਪਰ ਬਿਲਕੁਲ ਅਸੀਂ ਤੰਦਰੁਸਤ ਹੈ। ਬਹੁਤ ਬਹੁਤ ਧੰਨਵਾਦ, ਬਹੁਤ ਸਟਾਫ ਦਾ ਧੰਨਵਾਦ। ਬਿਲਕੁਲ ਸਾਨੂੰ ਪਤਾ ਨਹੀਂ ਲੱਗਾ ਵੀ ਅਸੀਂ ਘਰੇ ਬੈਠੇਂਗੇ ਕਿੱਥੇ ਬੈਠੇ, ਪਰ ਸਾਨੂੰ ਲੋਕਾਂ ਨੇ ਬਹੁਤ ਆਖਿਆ ਵੀ ਤੁਸੀਂ ਲੁਧਿਆਣੇ ਚਲੇ ਜਾਓ, ਪਰ ਅਸੀਂ ਆਖਿਆ ਵੀ ਨਹੀਂ, ਲੁਧਿਆਣੇ ਨਹੀਂ ਜਾਣਾ, ਅਸੀਂ ਇੱਥੇ ਹੀ ਜਾਣਾ। ਬਹੁਤ ਵਧੀਆ ਡਾਕਟਰ ਹੈ ਅਮਨ ਸੂਦ, ਬਹੁਤ ਵਧੀਆ ਆਪਰੇਸ਼ਨ ਕੀਤਾ, ਜੋ ਇਹਨਾਂ ਨੇ ਸਾਡੇ ਨਾਲ ਕਿਹਾ ਉਹ ਇਹਨਾਂ ਨੇ ਪੂਰੀ ਕੀਤੀ ਅਤੇ ਬਿਲਕੁਲ ਮੇਰੇ ਘਰ ਵਾਲਾ ਠੀਕ ਹੈ। ਅਤੇ ਜਿਹੜਾ ਇਹਨਾਂ ਦਾ ਸਟਾਫ ਹੈ ਬੜਾ ਸੋਹਣਾ ਸਟਾਫ ਹੈ, ਬਿਲਕੁਲ ਭੋਰਾ ਖਿਆਈ ਨਹੀਂ ਆਉਣ ਦਿੰਦੇ। ਜੇ ਜੇ ਇਹਨਾਂ ਦਾ ਸਟਾਫ ਆ ਮੈਂ ਕਿਸੇ ਹਸਪਤਾਲ ਵੇਖਿਆ ਹੀ। ਧੰਨਵਾਦ, ਹੁਣ ਬਿਲਕੁਲ ਠੀਕ ਹੈ ਮੇਰੇ ਘਰ ਵਾਲਾ, ਹੁਣ ਅਸੀਂ ਆਪਦੇ ਘਰੇ ਹਾਂ ਅਤੇ ਸਾਹ ਇਹਨਾਂ ਦਾ ਬਿਲਕੁਲ ਨਹੀਂ ਚੜ੍ਹਨਾ।